ਕੇ ਪੰਜਾਬ ਦੇ ਵਿੱਚ ਸਿਆਸਤ ਤੇ ਸਿਆਸੀ ਪਰਿਵਾਰ ਜਿਹੜੇ ਪਰਿਵਾਰਾਂ ਦੇ ਵਿੱਚ ਇੱਕ ਘਰ ਦੇ ਉੱਪਰ ਦੋ ਦੋ ਪਾਰਟੀਆਂ ਦੇ ਝੰਡੇ ਝੂਲ ਰਹੇ ਨੇ ਸਰਪੰਚੀ ਤੋਂ ਲੈ ਕੇ ਸਰਪੰਚੀ ਤੋਂ ਲੈ ਕੇ ਪੰਜ ਮਾਰ ਦੇ ਮੁੱਖ ਮੰਤਰੀ ਲੈ ਗਏ ਬਿਲਕੁਲ ਜੇ ਕੋ ਪਤਾ ਸਿੰਘ ਬਾਜਵਾ ਆਪ ਦਾ ਕਾਂਗਰਸ ਦੇ ਨੇ ਜੇਰ ਉਹਨਾਂ ਦੇ ਭਰਾ ਨੇ ਉਹ ਫਤ ਜੰਗ ਸਿੰਘ ਬਾਜਵਾ ਉਹ ਭਾਜਪਾ ਦੇ ਜਦ ਕਿ ਘਰ ਦੋਨੇ ਇੱਕ ਨੇ ਪਰ ਝੰਡੇ ਜਿਹੜੇ ਨੇ ਝੰਡੇ ਦੋ ਲਹਿਰਾ ਰਹੇ ਨੇ ਮੇਨ ਮਕਸਦ ਹੀ ਕੁਰਸੀ ਆ ਹੋਰ ਕੁਝ ਲੈਣਾ ਦੇਣਾ ਨਹੀਂ ਆ ਕਿ ਸਿਆਸਤ ਦਾ ਆਂਦਾ ਦਾ ਬਿਆਨ ਆ ਉਹ ਕਿੱਥੇ ਨੂੰ ਜਾ ਰਿਹਾ ਵੀ ਆਪਣੇ ਪਿਤਾ ਨੂੰ ਜਿਹੜਾ ਪਿਤਾ ਹੀ ਨਹੀਂ ਸਮਝ ਰਿਹਾ ਉਹ ਕੋਲਡੀ ਕੰ ਬਹੁਤੀ ਗੱਲ ਕੀਤੀ ਆ ਉਹ ਆਪ ਆਮ ਆਦਮੀ ਪਾਰਟੀ ਤੋਂ ਨੇ ਕਿ ਪਿਤਾ ਨੇ ਇਹਨੇ ਦੂਜੀ ਪਾਰਟੀ ਤੋਂ ਪਰਿਵਾਰਿਕ ਘਰ ਵੀ ਕਿਹਾ ਉਹਨਾਂ ਦਾ ਬੇਸ਼ੱਕ ਪਰ ਝੰਡੇ ਦੋਗੇ ਕਿ ਪਤਾ ਪਰਵਾਹ ਦੇਣਾ ਉਹਨਾਂ ਦੇ ਨੂੰ ਪੁੱਤ ਲੈਣੇ ਉਹ ਭਾਜਪਾ ਚਲੇ ਗਏ ਨੇ ਤੇ ਆ ਆ ਦੇ ਨੇ ਉਹ ਕਾਲੀ ਦਲ ਚਲੇ ਨੇ ਇਹ ਬਾਦਲ ਪਰਿਵਾਰ ਦਾ ਜਿਹੜਾ ਨਾਮ ਹੈ ਸ਼੍ਰੋਮਣੀ ਕਾਲਜ ਨਾਲ ਜੁੜਿਆ ਹੋਇਆ ਹੈ 80% ਜਿਹੜੇ ਕਾਂਗਰਸ ਲੀਡਰ ਸੀ ਉਹ ਕੈਪਟਨ ਮਰਿੰਦਰ ਦੇ ਦਬਦਬੇ ਵਿੱਚ ਸਤਿ ਸ਼ਕਾਲ ਦਰਸ਼ਕੋ ਪ੍ਰੋਗਰਾਮ ਬੋਲਦਾ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਅੱਜ ਫੇਰ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਦੀ ਸਿਆਸਤ ਦੀ ਕਰਾਂਗੇ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਅਮਰਜੀਤ ਸਿੰਘ ਮੌਜੂਦ ਨੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਸਿਆਸਤ ਤੇ ਸਿਆਸੀ ਪਰਿਵਾਰ ਇੱਕ ਉਹ ਪਰਿਵਾਰ ਹੁੰਦੇ ਸੀ ਜਿਨ੍ਹਾਂ ਨੇ ਆਪਣੀ ਸਿਆਸਤ ਨੂੰ ਆਪਣੀ ਪਾਰਟੀ ਨੂੰ ਉੱਪਰ ਤੱਕ ਲੈ ਕੇ ਗਏ ਨੇ ਇੱਕ ਅੱਜ ਦੇ ਸਮੇਂ ਦੇ ਵਿੱਚ ਉਹ ਪਰਿਵਾਰ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਇੱਕ ਘਰ ਦੇ ਉੱਪਰ ਦੋ ਦੋ ਪਾਰਟੀਆਂ ਦੇ ਝੰਡੇ ਝੂਲ ਰਹੇ ਨੇ ਸੋ ਇਹ ਕਿਉਂ ਹੋ ਰਿਹਾ ਅੱਜ ਦਾ ਵਰਤਾਰਾ ਕਿੱਧਰ ਜਾ ਰਿਹਾ ਸੋ ਦਰਸ਼ਕੋ ਤੁਹਾਨੂੰ ਇਹ ਵੀ ਜ਼ਰੂਰ ਦੱਸਾਂਗੇ ਕਿ ਉਹ ਕਿਹੜੇ ਕਿਹੜੇ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਨੇ ਆਪਣੀਆਂ ਪਾਰਟੀਆਂ ਨੂੰ ਚਾਹੇ ਕਾਂਗਰਸ ਹੋਈ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਈ ਹੈ ਚਾਹੇ ਭਾਜਪਾ ਹੈ ਜਿਹੜੀ ਵੀ ਪਾਰਟੀ ਦੇ ਵਿੱਚ ਗਏ ਨੇ ਉਹ ਤਾਂ ਉਹਨਾਂ ਦੀਆਂ ਕਈ ਕਈ ਪੀੜ੍hiyan ਉਸ ਪਾਰਟੀ ਵਿੱਚ ਰਹੀਆਂ ਤੇ ਉਹਨਾਂ ਨੇ ਮਾਰਕਾ ਮਾਰਿਆ ਤੇ ਆਪਣਾ ਨਾਮ ਜਿਹੜਾ ਉੱਪਰ ਤੱਕ ਗਏ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਮਰਜੀਤ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਅਮਰਜੀਤ ਜੀ ਅੱਜ ਆਪਾਂ ਦਰਸ਼ਕਾਂ ਨੂੰ ਇਹ ਦੱਸਣਾ ਹੈ ਕਿ ਇੱਕ ਤਾਂ ਉਹ ਪਰਿਵਾਰ ਜੀ ਜਿਨ੍ਹਾਂ ਨੇ ਆਪਣੀਆਂ ਕਈ ਕਈ ਪੀੜ੍ਹੀਆਂ ਇੱਕ ਪਾਰਟੀ 'ਚ ਰੱਖੀਆਂ ਤੇ ਉਹ ਪਾਰਟੀ ਨੂੰ ਉੱਪਰ ਤੱਕ ਲੈ ਕੇ ਗਏ ਆਪਣਾ ਨਾਮ ਚਮਕਾਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਪਾਰਟੀ ਦੇ ਲਈ ਚਾਹੇ ਉਹ ਉਹ ਆਪ ਗਏ ਨੇ ਉਹਨਾਂ ਦੇ ਪੁੱਤ ਪਿਤਾ ਗਏ ਨੇ ਪੁੱਤਰ ਗਏ ਨੇ ਨੂੰਹਾਂ ਗਈਆਂ ਨੇ ਦਾਦੇ ਪੁੱਤੇ ਸਭ ਉਸ ਪਾਰਟੀ 'ਚ ਰਹੇ ਨੇ ਜੀ ਦੂਜੇ ਪਾਸੇ ਅੱਜ ਦੀ ਸਿਆਸਤ ਹੈ ਕਿ ਇੱਕੋ ਪਰਿਵਾਰ ਦੇ ਦੋ ਭਰਾ ਇੱਕੋ ਪਾਰਟੀ 'ਚ ਐ ਇੱਕੋ ਪਾਰਟੀ 'ਚ ਨੂੰ ਉਹ ਪਾਰਟੀ 'ਚ ਐ ਤੇ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਨੇ ਦੂਜੀ ਪਾਰ ਦੇ ਨੇ ਇੱਕੋ ਘਰ ਦੇ ਉੱਪਰ ਦੋ ਦੋ ਝੰਡੇ ਚੁਲ ਰਹੇ ਨੇ ਕਿੱਧਰ ਨੂੰ ਜਾ ਰਹੀ ਹੈ ਸਿਆਸਤ ਸਾਡੀ ਜੀ ਬਿਲਕੁਲ ਰਪਾਲਾ ਜੀ ਤੁਸੀਂ ਗੱਲ ਬਿਲਕੁਲ ਸਹੀ ਕੀਤੀ ਹੈ ਵੀ ਅੱਜ ਦੀ ਜਿਹੜੀ ਸਿਆਸਤ ਆ ਉਹ ਕਿੱਧਰ ਨੂੰ ਜਾ ਰਹੀ ਹੈ ਇਹ ਮੈਨੂੰ ਲੱਗਦਾ ਵੀ ਜਿਹੜਾ ਰੋਜ਼ਾਨਾ ਇਹ ਆ ਦੋ ਚਾਰ ਸਾਲਾਂ ਦੇ ਕਰੀਬ ਜਿਹੜਾ ਹੁਣ ਆਸ-ਪਾਸ ਦੇ ਨੇੜੇ ਜਿਹੜਾ ਜਿਹੜਾ ਹੋਣਾ ਸ਼ੁਰੂ ਹੋਇਆ ਹੈ ਉੰਗੀ ਜੇਕਰ ਪਿੱਛੇ ਚਾਤ ਮਾਰੀਏ ਤਾਂ ਸਭ ਤੋਂ ਪਹਿਲਾਂ ਆ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਿਤੇ ਜਾਵੇ ਤਾਂ ਉਹ ਪ੍ਰਕਾਸ਼ ਸਿੰਘ ਦਾ ਜਿਹੜਾ ਬਾਲ ਤਾਂ ਕੈਰੀ ਹੈ ਤੁਸੀਂ ਦੇਖਿਆ ਨੇ ਕਿੱਥੋਂ ਸ਼ੁਰੂ ਹੋਇਆ ਸੀ ਸਰਪੰਚੀ ਤੋਂ ਲੈ ਕੇ ਸਰਪੰਚੀ ਤੋਂ ਲੈ ਕੇ ਪੰਜ ਵਾਰ ਦੇ ਮੁੱਖ ਮੰਤਰੀ ਬਿਲਕੁਲ ਯਾਨੀ ਕਿ ਇੱਕ ਪਾਰਟੀ ਨੂੰ ਜਿਹੜਾ ਇੰਨੇ ਉੱਪਰ ਤੱਕ ਲੈਵਲ ਤੱਕ ਲੈ ਕੇ ਜਾਣਾ ਉਹ ਵੀ ਇੱਕ ਝੰਡੇ ਥੱਲੇ ਬਿਲਕੁਲ ਸ਼ਰੋਮਣੀ ਕਾਲੀ ਜਾਂਦੇ ਝੰਡੇ ਥੱਲੇ ਬਿਲਕੁਲ ਇੱਕ ਝੰਡੇ ਤੱਕ ਲੈ ਕੇ ਜਾਣਾ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਪੰਜ ਵਾਰ ਮੁੱਖ ਮੰਤਰੀ ਦਾ ਬਿਲਕੁਲ ਬਿਲਕੁਲ ਦੇਖੋ ਤਾ ਲੋਕ ਅਜੇ ਤੱਕ ਵੀ ਉਹਨਾਂ ਨੂੰ ਜਿਹੜਾ ਯਾਦ ਕਰਦੇ ਨੇ ਕਿਉਂਕਿ ਇੱਕ ਪਾਰਟੀ ਸੀ ਇੱਕ ਝੰਡਾ ਸੀ ਇੱਕ ਨਿਸ਼ਾਨ ਸੀ ਹਾਂ ਬਿਲਕੁਲ ਤੇ ਅੱਜ ਜੇ ਅਪਨ ਗੱਲ ਅਕਾਲੀ ਦਲ ਦੀ ਤੁਸੀਂ ਕੀਤੀ ਹੈ ਵਕਈ ਤੇ ਉਹਨਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਝੰਡਾ ਚੁੱਕਿਆ ਬਿਲਕੁਲ ਬਿਲਕੁਲ ਕਿ ਉਸ ਤੋਂ ਬਾਅਦ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਬਿਲਕੁਲ ਬੇਸ਼ੱਕ ਉਹ ਬਾਅਦ ਚੋਂ ਨੇ ਪਾਰਟੀ ਬਦਲੀ ਸੀ ਮੈਂ ਮੈਂ ਤਾਂ ਉਹੀ ਜ਼ਿਕਰ ਕਰ ਰਿਹਾ ਨਾ ਕਿਉਂਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਆ ਮੈਂ ਥੋੜਾ ਪਹਿਲਾਂ ਪਿੱਛੇ ਜਿਹਾ ਥੋੜਾ ਝਾਕ ਮਾਰਦੇ ਆ ਕਿਉਂਕਿ ਜੇਕਰ ਉਹਨਾਂ ਦੀ ਕੈਰੀਅਰ ਦੀ ਗੱਲ ਕੀਤੀ ਆਵੇ ਉਹਨਾਂ ਨੇ ਇੱਕ ਝੰਡਾ ਇੱਕ ਨਿਸ਼ਾਨ ਤੇ ਇੱਕ ਮਿਸ਼ਨ ਲੈ ਕੇ ਚੱਲੇ ਸੀ ਉਹ ਉਹਨਾਂ ਦਾ ਮਿਸ਼ਨ ਜਿਹੜਾ ਉਹ ਸਕਸੈਸਫੁਲ ਹੋਇਆ ਬਿਲਕੁਲ ਪਰ ਜੇਕਰ ਅੱਜ ਦੀ ਗੱਲ ਕੀਤੀ ਆਵੇ ਅੱਜ ਕੀ ਹੁੰਦਾ ਨਿਸ਼ਾਨ ਬੇਸ਼ੱਕ ਅਲੱਗ-ਅਲੱਗ ਹੁੰਦੇ ਨੇ ਪਰ ਮਿਸ਼ਨ ਵੀ ਸਾਰਿਆਂ ਦਾ ਅਲੱਗ-ਅਲੱਗ ਹੁੰਦੇ ਨੇ ਪਰ ਜਿਹੜਾ ਕਿ ਗੱਲ ਕੀਤੀ ਆ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ ਆ ਆਪਿਆ ਤਾਂ ਪੰਜਾਬ ਦੇ ਵੱਡੇ ਕਈ ਚਿਹਰੇ ਨੇ ਕਈ ਰਾਜਨੀਤਿਕ ਲੀਡਰ ਨੇ ਜਿਨ੍ਹਾਂ ਦੇ ਵਿੱਚ ਭਰਾ ਜਿਹੜੇ ਨੇ ਉਹ ਕਿਸ ਪਾਰਟੀ ਦੇ ਵਿੱਚ ਐ ਜਿਹੜਾ ਦੂਜਾ ਭਰਾ ਉਹ ਕਿਸ ਪਾਰਟੀ ਦੇ ਵਿੱਚ ਐ ਤੇ ਮਾਂ ਤੇ ਬੇਟਾ ਕਿਸ ਹੋਰ ਪਾਰਟੀ ਦੇ ਵਿੱਚ ਆਪਾਂ ਦੋਨੋਂ ਪਰਿਵਾਰਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੇ ਪਾਰਟੀਆਂ ਲੰਬੇ ਸਮੇਂ ਤੱਕ ਪਾਰਟੀ ਜੀ ਰਹੇ ਨੇ ਇੱਕ ਤੇ ਉਹ ਪਰਿਵਾਰ ਨੇ ਆਪਹੁਣੇ ਦੀ ਗੱਲ ਕਰਦੀਆਂ ਤੇ ਇੱਕ ਪਾਸੇ ਜਿਹੜੇ ਦੋ ਦੋ ਪਾਰਟੀਆਂ ਦੇ ਵਿੱਚ ਪਰਿਵਾਰ ਨੇ ਉਹਨਾਂ ਦੀ ਵੀ ਗੱਲ ਕਰਦੀ ਹੈ ਤੇ ਪਹਿਲਾਂ ਤੁਸੀਂ ਗੱਲ ਦਰਸ਼ਕਾਂ ਨੂੰ ਇਹ ਦੱਸੋ ਕਿ ਉਹ ਪਰਿਵਾਰ ਕਿਹੜੇ ਨੇ ਜਿਹੜੇ ਦੋ ਦੋ ਪਾਰਟੀਆਂ ਦੇ ਵਿੱਚ ਇੱਕੋ ਪਰਿਵਾਰ ਦੇ ਮੈਂਬਰ ਨੇ ਪਹਿਲਾਂ ਉਹਨਾਂ ਦਾ ਜ਼ਿਕਰ ਕਰੋ ਬਿਲਕੁਲ ਬਿਲਕੁਲ ਪੜਾ ਹੀ ਜ਼ਿਕਰ ਗੱਲ ਕੀਤੀ ਆਵੇ ਸਭ ਤੋਂ ਪਹਿਲਾਂ ਆਪਾਂ ਪ੍ਰਤਾਪ ਸਿੰਘ ਬਾਦਵਾ ਦੀ ਗੱਲ ਕੀਤੀ ਜਾਵੇ ਕਿਉਂਕਿ ਵੱਡਾ ਚਿਹਰਾ ਨੇ ਵਿਰੋਧੀ ਧਿਰ ਦੇ ਨੇਤਾ ਵੀ ਨੇ ਉਹ ਦੇਖੋ ਪ੍ਰਤਾ ਤੇ ਜਦੋਂ ਉਹਨਾਂ ਦੇ ਭਰਾ ਨੇ ਉਹ ਫਤ ਜੰਗ ਸਿੰਘ ਬਾਜਵਾ ਉਹ ਬੀਜੇਪੀ ਦੇ ਜਨਨ ਕਿ ਘਰ ਦੋਨੇ ਇੱਕ ਨੇ ਪਰ ਝੰਡੇ ਜਿਹੜੇ ਬਿਲਕੁਲ ਇਹ ਪਹਿਲਾਂ ਵੀ ਚਰਚਾ ਵੀ ਬੜੀ ਹੋਈ ਸੀ ਬਿਲਕੁਲ ਪਹਿਲਾਂ ਵੀ ਜਿਹੜਾ ਆਪਾਂ ਕਹਿ ਸਕਦਾ ਬੜੇ ਸੋਸ਼ਲ ਮੀਡੀਆ ਤੇ ਬੜੀ ਚਰਚਾ ਹੋਈ ਆ ਇੱਕ ਪਾਸੇ ਇੱਕ ਝੰਡਾ ਇੱਕ ਪਾਸੇ ਦੂਜੀ ਪਾਰਟੀ ਦਾ ਝੰਡਾ ਤੇ ਭਰਾ ਦੋਨੇ ਨੇ ਹੂੰ ਪਰਾ ਤਾਂ ਸਕੇ ਤੋਂ ਉਹਨੇ ਨੇ ਪਰ ਜਿਹੜੇ ਲੋਕ ਨੇ ਹੁਣ ਸਮਝ ਚੁੱਕੇ ਨੇ ਰਬਾਣਾ ਜੀ ਉਹ ਪਹਿਲਾਂ ਮੈਂ ਤੁਹਾਨੂੰ ਕਹਿਣਾ ਵੀ ਆਹ 2-4 ਸਾਲਾਂ ਦੇ ਵਿੱਚ ਜਿਹੜਾ ਇਹ ਰੁਝਾਨ ਹੈ ਸ਼ੁਰੂ ਹੋਇਆ ਪਹਿਲਾਂ ਕਦੇ ਇਹ ਰੁਝਾਨ ਨਹੀਂ ਹੈਗਾ ਜਿਹੜਾ ਅੱਪ ਪਿੱਛੇ ਮਾਰੀ ਹੈ ਕਿਤੇ ਰਿਜ਼ਲਟ ਮੈਨੂੰ ਲੱਗਦਾ ਨੇ ਵੀ ਬਹੁਤ ਚੰਗੇ ਆਣਗੇ ਬਿਲਕੁਲ ਬਿਲਕੁਲ ਅੱਛਾ ਹੁਣ ਲੋਕਾਂ ਦਾ ਵੀ ਜਿਹੜਾ ਮਨ ਹੈ ਨਾ ਆਪਾਂ ਕਹਿ ਸਕਦੇ ਆ ਲੋਕ ਵੀ ਜਿਹੜੇ ਨੇ ਹੁਣ ਦੂਰ ਹੁੰਦੇ ਜਾ ਰਹੇ ਸਿਆਸਤ ਤੋਂ ਤੁਸੀਂ ਨਾ ਕਿਸੇ ਨਾਲ ਆਪਾਂ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜਦੋਂ ਸਿਆਸਤ ਪ੍ਰਤੀ ਤਾਂ ਲੋਕਾਂ ਦਾ ਰੁਝਾਨ ਹੀ ਹੁੰਦਾ ਯਾਰ ਉਹ ਤਾਂ ਦਾ ਦਾ ਭਰਾ ਤਾਂ ਅ ਜੇ ਦਾ ਦੂਜਾ ਭਰਾ ਉਹਦਾ ਬੀਜੇਪੀ ਚ ਹੈ ਤੇ ਭੈਣ ਉਹਦੀ ਜਿਹੜੀ ਹੈ ਉਹ ਆਮਦੀ ਪਾਰਟੀ ਦੇ ਵਿੱਚ ਹੈ ਤਾਂ ਫਿਰ ਆਪਾਂ ਤਾਂ ਕੀ ਜਾਣਗੇ ਵੀ ਯਾਰ ਇਹ ਤਾਂ ਲੋਕਾਂ ਦਾ ਕੀ ਵਿਕਾਸ ਕਰਨਗੇ ਕਿਉਂਕਿ ਤਿੰਨਾਂ ਦਾ ਇੱਕ ਇੱਕ ਮਿਸ਼ਨ ਥਲੇ ਤੇ ਹੈ ਨਹੀਂ ਆਮ ਲੋਕਾਂ ਨੂੰ ਕੀ ਕੱਟੇ ਕਰਨਗੇ ਉਹ ਤੇ ਆਪਾਂ ਦੂਜੇ ਚਾਰ ਕੁਰਸੀ ਹੈ ਬਿਲਕੁਲ ਬਿਲਕੁਲ ਲੋਕ ਮੇਨ ਮਕਸਦ ਹੀ ਕੁਰਸੀ ਹੈ ਹੋਰ ਕੁਝ ਲੈਣਾ ਦੇਣਾ ਨਹੀਂ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਆ ਵਿਧਾਇਕ ਜਿਹੜੇ ਨੇ 골ਡੀ ਜਿਹੜੇ ਆਮਦੀ ਪਾਰਟੀ ਦੇ ਵਿੱਚ ਨੇ ਤੇ ਜੇਕਰ ਗੱਲ ਕੀਤੀ ਆਪਾਂ ਬਿਲਕੁਲ ਜਲਾਲਾਬ ਵਿਧ 골ਡੀ ਕੋ ਮੋਤ ਦੀ ਗੱਲ ਕੀਤੀ ਆਵੇ ਆਪ ਤਾਂ ਆਮਦੀ ਪਾਰਟੀ ਦੇ ਵਿੱਚ ਨੇ ਉਹਨਾਂ ਦੇ ਪਿਤਾ ਆਹ ਹੁਣੀ ਆਪਾਂ ਲੈ ਕੇ ਆਏ ਬਿਲਕੁਲ ਉਹਨਾਂ ਨੂੰ ਦੋ ਚਾਰ ਦਿਨ ਦੀ ਗੱਲ ਆ ਹੁਣੀ ਜਿਹੜੀ ਦਵਾਈ ਦਿੱਤੀ ਫਿਰ ਤੁਸੀਂ ਹਿਸਾਬ ਲਾ ਲਓ ਵੀ ਬੇਟਾ ਦੋ ਦੋ ਵੀ ਚਰਚਾ ਚ ਰਏ ਸੀ ਤੇ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਪਿਤਾ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕੇਸ ਹੋਇਆ ਸੀ ਵਿੱਚ ਦੇਖੋ ਇੱਕ ਬੇ ਬੇਟਾ ਨੇ ਕਿਹਾ ਤਾਂ ਵੀ ਮੇਰੇ ਪਿਤਾ ਦੇ ਨਾਲ ਜਿਹੜਾ ਕੋਈ ਲੈਣਾ ਦੇਣਾ ਨਹੀਂ ਆ ਤਾਂ ਬੜੀ ਵੱਡਣੀ ਗੱਲ ਉਹ ਵੀ ਬੜੀ ਵੱਡੀ ਚਰਚਾ ਦਾ ਵਿਸ਼ਾ ਵੀ ਜਿਹੜੀ ਆਪਣੀ ਸਿਆਸਤ ਆ ਉਹ ਇੱਕ ਇੱਕ ਸਿਆਸਤਦਾਨ ਦਾ ਬਿਆਨ ਆ ਉਹ ਕਿੱਥੇ ਨੂੰ ਜਾ ਰਿਹਾ ਵੀ ਆਪਣੇ ਪਿਤਾ ਨੂੰ ਜਿਹੜਾ ਪਿਤਾ ਹੀ ਨਹੀਂ ਸਮਝ ਰਿਹਾ ਉਹ ਤਾਂ ਕੀ ਕਹਿ ਸਕਦੇ ਹੋ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਜਿਸ ਤਰ੍ਹਾਂ ਆਪਾਂ ਗੋਲਡੀ ਕੰਬੋਜ ਦੀ ਗੱਲ ਕੀਤੀ ਆ ਉਹ ਆਪ ਆਮ ਆਦਮੀ ਪਾਰਟੀ ਤੋਂ ਨੇ ਤੇ ਪਿਤਾ ਜਿਹੜੇ ਨੇ ਦੂਜੀ ਪਾਰਟੀ ਤੋਂ ਤਾਂ ਕੀ ਸਦਾ ਪਰਿਵਾਰ ਤਾਂ ਇੱਕ ਹੈ ਪਰਿਵਾਰ ਇੱਕ ਹੈ ਘਰ ਵੀ ਇੱਕ ਹੈ ਉਹਨਾਂ ਪਰ ਛੰਡੇ ਦੋਗੇ ਤੇ ਮਲੂਕਾ ਪਰਿਵਾਰ ਦੇ ਹਾਂ ਬਿਲਕੁਲ ਹੁਣ ਮਲੂਕਾ ਪਰਿਵਾਰ ਲੇਟ ਜਿਹੜੀ ਲਗਾਤਾਰ ਚੱਲ ਰਹੀ ਹੈ ਉਹ ਦੇਖੋ ਨੂੰ ਮਲੂਕਾ ਪਰਿਵਾਰ ਦੇਣਾ ਹੈ ਉਹਨਾਂ ਦੇ ਨੂੰ ਪੁੱਤਰ ਰਹੇ ਨੇ ਉਹ ਭਾਜਪਾ ਚਲੇ ਗਏ ਨੇ ਤੇ ਆਹ ਦੇ ਨੇ ਉਹ ਕਾਲੀ ਦਲ ਚ ਨੇ ਹੁਣ ਗੱਲ ਹੋ ਗਈ ਘਰ ਇੱਕ ਹੈ ਬੇਸ਼ੱਕ ਮਲੂਕਾ ਜੀ ਦਾ ਜਿਹੜਾ ਗੱਲ ਗੱਲ ਕੀਤੀ ਜਾਵੇ ਸਿਕੰਦਰ ਸਿੰਘ ਮਲੂਕਾ ਦਾ ਕੱਲ ਜਿਹੜਾ ਬਿਆਨ ਵੀ ਸਾਹਮਣੇ ਆਇਆ ਕਿ ਮੈਂ ਅਜੇ ਪਾਰਟੀ ਛੱਡੀ ਨਹੀਂ ਹੈ ਮੈਂ ਸ਼੍ਰੋਮਣੀ ਕਾਲੀ ਦਲ ਦੇ ਵਿੱਚਾਂ ਜੇ ਕੋਈ ਗੱਲ ਨਹੀਂ ਜੇ ਮੇਰਾ ਹਲਕਾ ਚੇਂਜ ਕਰਤਾ ਗਿਆ ਕੋਈ ਗੱਲ ਨਹੀਂ ਉਹ ਮੇਰਾ ਜਿਹੜਾ ਪਰਿਵਾਰ ਦਾ ਫੈਸਲਾ ਹੈ ਵੀ ਉਹਦੇ ਕਹ ਸਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮੈਂ ਰੋਕਿਆ ਸੀ ਆਪਣੇ ਨੂੰ ਪੁੱਤ ਨੂੰ ਵੀ ਨਾ ਜਾਓ ਉਹਨਾਂ ਦੀ ਨੂੰ ਦਾ ਵੀ ਬਿਆਨ ਆਇਆ ਉਹ ਕਹਿੰਦਾ ਸਾਡਾ ਆਪਣਾ ਜਿੱ ਨਿੱਜੀ ਫੈਸਲਾ ਹੈ ਜੇ ਅਸੀਂ ਜਾ ਰਹੇ ਹਾਂ ਕਿਉਂਕਿ ਜਿਹੜਾ ਮੇਰੇ ਪਿਤਾ ਨੇ ਉਹਨਾਂ ਨੇ ਆਪਣੀ ਸਿਆਸਤ ਕਰ ਚੁੱਕੇ ਨੇ ਤੇ ਅਸੀਂ ਉਹ ਜਿਹੜੇ ਸਿਆਸਤ ਦੀ ਸ਼ੁਰੂਆਤ ਕਰ ਰਹੇ ਹਾਂ ਇਹ ਸਾਡਾ ਸਮਾਂ ਹੈ ਬਿਲਕੁਲ ਸਾਡਾ ਸਮਾਂ ਪਰ ਆਪਣਾ ਜਿਹੜਾ ਮੇਨ ਮਕਸਦ ਇਹ ਹੀ ਆ ਆਪਾਂ ਬੋਲਦਾ ਪੰਜਾਬ ਦੇ ਵਿੱਚ ਵੀ ਜਿਹੜੀ ਸਿਆਸਤ ਆ ਉਹ ਕਿਧਰ ਨੂੰ ਜਾ ਰਹੀ ਹੈ ਕਿਉਂਕਿ ਪਰਿਵਾਰ ਜਿਹੜੇ ਨੇ ਜੇਕਰ ਇੱਕ ਛੰਡੇ ਥਲੇ ਇਕੱਠੇ ਨਹੀਂ ਹੋ ਸਕਦੇ ਤਾਂ ਆਮ ਲੋਕਾਂ ਨੂੰ ਆਮ ਜਨਤਾ ਨੂੰ ਜਿਹੜਾ ਇੱਕ ਛੰਡੇ ਢੰਡੇ ਥਲੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨ। ਕੈਪਟਨ ਅਮਿੰਦਰ ਤੇ ਜਿਹੜਾ ਪਰਿਵਾਰ ਹੈ ਉਹਦੇ ਵੀ ਆਪਾਂ ਦੇਖਿਆ ਕਿ ਇੱਕ ਸਾਲ ਡੇਢ ਸਾਲ ਦੇ ਲਗਭਗ ਕੈਪਟਨ ਅਮਿੰਦਰ ਭਾਜੀਪੀ ਚ ਰਹੇ। ਹਾਂ ਤੇ ਮਹਾਰਾਣੀ ਪੰਨੀਤ ਕੋਰ ਅਜੇ ਜਿਹੜਾ ਕਾਂਗਰਸ ਦੇ ਵਿੱਚ ਸੀ। ਕਿਦੋਂ ਹਾਂ ਬਿਲਕੁਲ ਆ ਥੋੜਾ ਜਿਹਾ ਪਹਿਲਾਂ ਜਦੋਂ ਦੇਖਿਆ ਵੀ ਹਾਂ ਹੋਣ ਤਾਂ ਮੇਰੀ ਦਾਲ ਹਾਂ ਵੀ ਹੁਣ ਤਾਂ ਮੇਰੀ ਦਾਲ ਗਲਨੀ ਨਹੀਂ ਵੀ ਹਾਂ ਹੁਣ ਤਾਂ ਬੀਜੇਪੀ ਜਾਣਾ ਹੀ ਜਾਣਾ ਬੂਗਾ ਤਾਂ ਫਿਰ ਉਸ ਤੋਂ ਬਾਅਦ ਬੀਜੇਪੀ ਦਾ ਪੱਲਾ ਫੜ ਲਿਆ ਬੜੀ ਚਰਚਾ ਰਹੀ ਹੈ ਇਹਦੀ ਬਿਲਕੁਲ ਬਿਲਕੁਲ ਐਦਾਂ ਦੇ ਰਪਾਲਾ ਜੀ ਬਹੁਤ ਪਰਵਾਹ ਰਿਹਾ ਤੁਹਾਡੇ ਕੋਲ ਵੀ ਲਿਸਟ ਹੋਊਗੀ ਤੁਸੀਂ ਵੀ ਥੋੜੀ ਜਾਣਕਾਰੀ ਦਿਓ ਕਿਉਂਕਿ ਆ ਲੋਕ ਜਿਹੜੇ ਚਾਹਦੇ ਨੇ ਵੀ ਇਹਦਾ ਅੱਜ ਤੁਸੀਂ ਇੱਕ ਅਲੱਗ ਦਾ ਵਿਸ਼ਾ ਲੈ ਕੇ ਆਇਓ ਤੇ ਬੜਾ ਇੰਟਰਸਟਿੰਗ ਵਿਸ਼ਾ ਵੀ ਹੈ ਤਾਂ ਦੇਖਣਾ ਨਹੀਂ ਚਾਹੀਦਾ ਇਹ ਆਪਾਂ ਪਰਿਵਾਰਾਂ ਦੀ ਜਿਹੜੀ ਹੈ ਪੇ ਜਾਣਕਾਰੀ ਤੁਸੀਂ ਦਿੱਤੀ ਹੈ ਕਿ ਉਹ ਪਰਿਵਾਰ ਨੇ ਜਿਹੜੇ ਹੋਰ ਵੀ ਕਾਹੀ ਪਰਿਵਾਰ ਹੈਗੇ ਨੇ ਤੇ ਜਿਨ੍ਹਾਂ ਦੇ ਭਰਾ ਕਿਸੇ ਹੋਰ ਚ ਨੇ ਤੇ ਉਹਨਾਂ ਦੇ ਪਿਤਾ ਕਿਸੇ ਹੋਰ ਪਾਰਟੀ ਚ ਨੇ ਭੈਣ ਭਰਾ ਕੇ ਹੋਣਾ ਇਹ ਬਹੁਤ ਪਾਰਟੀ ਹੈ ਪਰ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਅਪਾਂ ਚਰਚਾ ਕਰਾਂਗੇ ਤਾਂ ਬਹੁਤ ਲੰਬੀ ਹੋਏਗੀ ਹਨਾ ਸਮਾਂ ਇਹ ਤੁਸੀਂ ਜਿਹੜੇ ਪੰਜ ਚਾਰ ਪਰਿਵਾਰ ਜਿਹੜੇ ਮੇਨ ਦੇ ਜਿਹੜੇ ਹਾਈਐਸਟ ਜਾਨੀ ਕਿ ਆਪਾਂ ਕਹਿੰਦਾ ਜਿਨ੍ਹਾਂ ਨਾਲ ਚਰਚਾ ਚ ਰਹਿੰਦੇ ਨੇ ਤੇ ਹੁਣ ਆਪਾਂ ਤਾਂ ਗੱਲ ਦਰਸ਼ਕਾਂ ਨੂੰ ਜਿਹੜੇ ਨੇ ਜਿਨ੍ਹਾਂ ਨੇ ਆਪਣੀ ਸਿਆਸਤ ਇਕੋ ਪਾਰਟੀ ਦੇ ਵਿੱਚ ਰਹਿ ਕੇ ਬੇਸ਼ੱਕ ਬਾਦ ਦੇ ਵਿੱਚ ਉਹਨਾਂ ਦੇ ਜਿਹੜੇ ਦੋ ਤਿੰਨ ਪੀੜੀਆਂ ਤੋਂ ਬਾਅਦ ਉਹਨਾਂ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨੇ ਪਾਰਟੀ ਐ ਚੇਂਜ ਕੀਤੀਆਂ ਪਰ ਦੋ ਪੀੜੀਆਂ ਤੱਕ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਇਕੋ ਪਾਰਟੀ 'ਚ ਰਹੇ ਤੇ ਉਸੇ ਪਾਰਟੀ ਨੂੰ ਉਹਨਾਂ ਨੇ ਉੱਪਰ ਤੱਕ ਲੈ ਕੇ ਗਏ ਉਹਨਾਂ ਦੇ ਵਿੱਚ ਸਭ ਤੋਂ ਬਾਅਦ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਪ੍ਰਕਾਸ਼ ਸਿੰਘ ਬਾਦਲ ਰੋਮ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਚੁੱਕਿਆ ਸਿੱਖ ਸਿਆਸਤ 'ਚ ਵੱਡਾ ਨਾਮ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਬਿਲਕੁਲ ਇਨਾਂ ਦੇ ਉਹਨਾਂ ਦੇ ਪੁੱਤਰ ਸੁਖਵੀਰ ਸਿੰਘ ਬਾਦਲ ਜਿਹੜੇ ਹੁਣ ਸ਼੍ਰੋਮਣੀ ਗਾਲੀਨ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਪਰਿਵਾਰ ਦੇ ਵਿੱਚ ਬਹੁਤ ਜਿਹੜਾ ਹੈਗਾ ਵੱਡੀਆਂ ਉੱਚੀਆਂ ਪਦਵੀਆਂ ਤੇ ਗਏ ਨੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਕਿ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਵੀ ਅਕਾਲੀ ਦਲ ਚੋਂ ਆਪਣਾ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਰ ਪੀਪੀਪੀ ਪਾਰਟੀ ਉਹਨਾਂ ਨੇ ਆਪਣੀ ਪਾਰਟੀ ਬਣਾਈ ਹਰ ਤਿੰਨ ਚਾਰ ਪਾਰਟੀਆਂ ਦੋਸਤੋ ਤਿੰਨ ਚਾਰ ਪਾਰਟੀਆਂ ਚੇਨ ਕਰ ਚੁੱਕੇ ਨੇ ਉਸ ਤੋਂ ਬਾਅਦ ਹੁਣ ਭਾਜਪਾ ਚ ਨੇ ਪਰ ਸ਼ਾਂਤ ਨੇ ਅੱਜਕੱਲ ਹਰ ਤ ਨਹੀਂ ਪਰ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਹਰ ਸਿਮਰਤ ਕੌਰ ਬਾਦਲ ਉਹ ਨਾਮਾ ਸ਼੍ਰੋਮਣੀ ਕਾਲੀਦਾ ਨਾਲ ਜੁੜਿਆ ਹੋਇਆ ਵੱਡਾ ਪਰਿਵਾਰ ਹੈ ਤੇ ਸਿੱਖ ਸਿਆਸਤ ਦੇ ਵਿੱਚ ਚੰਗਾ ਨਾਮਾ ਪਰਿਵਾਰ ਦਾ ਉਸ ਤੋਂ ਬਾਅਦ ਗੱਲ ਆਪਾਂ ਕਰਦੇ ਹਾਂ ਕਿ ਕੈਪਟਨ ਸ਼ਾਹੀ ਪਰਿਵਾਰ ਜਿਹੜਾ ਕਿ ਸ਼ਾਹੀ ਪਰਿਵਾਰ ਦੀ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਇੱਕੋ ਜਿਹੜੀਆਂ ਹੈਗੀਆਂ ਪਾਰਟੀਆਂ ਬਦਲਿਆ ਨੇ ਪਰ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਵੀ ਵੱਡੇ ਦੇਣ ਹੈਗੀ ਹੈ ਕੱਟੋ ਪਰਿਵਾਰ ਦੇ ਬਿਲਕੁਲ ਬਿਲਕੁਲ ਪੰਜਾਬ ਦੇ ਸਭ ਤੋਂ ਵੱਡੇ ਦੇਣਾ ਕੈਪਟਨ ਮਿੰਦਰ ਸਿੰਘ ਦੀ ਜਗ੍ਹਾ ਬਿਲਕੁਲ ਬਿਲਕੁਲ ਮੈਂ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਜਿੱਥੋਂ ਤੱਕ ਅਸੀਂ ਦੇਖਿਆ ਜਿੰਨੀ ਦਿਰ ਕੈਪਟਨ ਮੁਰਿੰਦਰ ਸਿੰਘ ਕਾਂਗਰਸ ਪਾਰਟੀ 'ਚ ਰਹੇ ਨੇ ਬੇਸ਼ੱਕ ਥੋੜਾ ਬੋਤਾ ਜਿਹੜੇ ਹੈਗੇ ਲੀਡਰ ਨੇ ਉਹ ਵਿਰੋਧੀ ਸੁਰਾਂ ਜਰੂਰ ਕਰਦੇ ਸੀ ਪਰ ਪੰਜਾਬ ਦੀ ਜਿਹੜੀ ਸਿਆਸਤ ਸੀਗੀ ਕਾ ਖਾਸ ਕਰਕੇ ਕਾਂਗਰਸ ਪਾਰਟੀ ਦੀ 80% ਜਿਹੜੇ ਕਾਂਗਰਸ ਲੀਡਰ ਸੀ ਉਹ ਕੈਪਟਨ ਮੁਰਿੰਦਰ ਦੇ ਦਬਦਬੇ ਵਿੱਚ ਸੀਗਾ ਬਿਲਕੁਲ ਹਾਂ ਤੇ ਉਹ ਦਬਦਬਾ ਇਸੇ ਕਰਕੇ ਜਿਹੜਾ ਬੋਲਦੇ ਨਹੀਂ ਸੀ ਜੇ ਹੁਣ ਅੱਜ ਕੱਲ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਵਿਰੋਧੀ ਸੂਝੜੇ ਨੇ ਉੱਠਣੇ ਸ਼ੁਰੂ ਹੋ ਗਏ ਦੇਖਿਆ ਤੁਸੀਂ ਕਿ ਨਾ ਵਾਂ ਲਗਾਤਾਰ ਜਿਹੜੇ ਨੇ ਹਾਈ ਕਮਾਂਡ ਨੂੰ ਜਿਹੜਾ ਤੰਜ ਕੱਸਦੇ ਨੇ ਪਰ ਇਦਾਂ ਤੱਕ ਕਦੇ ਨਹੀਂ ਹੋਇਆ ਜਦੋਂ ਕੈਪਟਨ ਮਿੰਦਰ ਸਿੰਘ ਹੁੰਦੇ ਸੀ ਨਾ ਤਾਂ ਇਦਾਂ ਦੀ ਜਿਹੜੀ ਤਸਵੀਰ ਆ ਉਹ ਕਦੇ ਸਾਹਮਣੇ ਨਹੀਂ ਆਉਂਦੀ ਸੀ ਵੀ ਹਾਈ ਕਮਾਂਡ ਨੂੰ ਬੋਲਣਾ ਜਾਂ ਆਪਣੇ ਮੁੱਖ ਮੰਤਰੀ ਨੂੰ ਬੋਲਣਾ ਇਹ ਉਦੋਂ ਸ਼ੁਰੂ ਹੋਇਆ ਕੰਮ ਜਦੋਂ ਕੈਪਟਨ ਮਿੰਦਰ ਸਿੰਘ ਨੇ ਆ ਭਾਜਪਾ ਜਵਾਨ ਕੀਤੀ ਉਸ ਤੋਂ ਬਾਅਦ ਚੰਨ ਸਿੰਘ ਚੰਨੀ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੀ ਬਗਾਵਤ ਆ ਉਹ ਸ਼ੁਰੂ ਹੋ ਗਈ ਬਿਲਕੁਲ ਇਹ ਕੈਪਟਨ ਮਰਿੰਦਰ ਸਿੰਘ ਦੀ ਆਪਾਂ ਜੇਕਰ ਪਰਿਵਾਰ ਦੀ ਗੱਲ ਕਰੀਏ ਉਹਨ ਕਾਫੀ ਹੁੰਦੇ ਆ ਤੇ ਰਹਨੇ ਉਹ ਵੀ ਹੁਣ ਜੇਕਰ ਅਗਲੀ ਪੀੜ੍ਹੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਤਨੀ ਪਤਨੀ ਜਿਹੜੇ ਕੈਪਟਨ ਮਿੰਦਰ ਸਿੰਘ ਦੀ ਪਤਨੀ ਹੈ ਮਹਾਰਾਣੀ ਪਰਨੀਤ ਕੌਰ ਮਹਾਰਾਣੀ ਪਰਨੀਤ ਕੌਰ ਉਹ ਵੀ ਆਪਣੀ ਜਿਹੜੀ ਪਾਰਟੀ ਆ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਰਹੇ ਨੇ ਕਾਂਗਰਸ ਪਾਰਟੀ ਉਹ ਜਿਹੜੇ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ ਨੇ ਐਮਪੀ ਰਹੇ ਨੇ ਪਰ ਹੁਣ ਠੀਕ ਆ ਹੁਣ ਆ ਕੇ ਉਹਨਾਂ ਨੇ ਜਿਹੜੀ ਆਪਣੀ ਪਾਰਟੀ ਜਦੋਂ ਚੇਂਜ ਕਰ ਲਈ ਐ ਸੱਕਮ ਸੈਂਟੈਂਸ ਹੈ ਜੇ ਬਣ ਗਏ ਕਾਂਗਰਸ ਦੇ ਵਿੱਚ ਕਿ ਉਹਨਾਂ ਨੂੰ ਜਿਹੜੀ ਪਾਰਟੀ ਆ ਉਹ ਛੱਡਣੀ ਪਈ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਆ ਮਜੀਠੀਆ ਪਰਿਵਾਰ ਜਿਹੜਾ ਮਜੀਠੀਆ ਪਰਿਵਾਰ ਉਹ ਵੀ ਇੱਕ ਸਿੱਖ ਸਿਆਸਤ ਦਾ ਵੱਡਾ ਨਾਮ ਹੈ ਉਹਦੇ ਵਿੱਚ ਜਿਹੜੇ ਪਰਿਵਾਰ ਨੇ ਸੁੰਦਰ ਸਿੰਘ ਮਜੀਠੀਆ ਉਹ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਸੁਰਜੀਤ ਸਿੰਘ ਮਜੀਠੀਆ ਉਹ ਵੀ ਜਿਹੜੇ ਹੈਗੇ ਸਿੱਖ ਸਿਆਦ ਦਾ ਵੱਡਾ ਨਾਮ ਆ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਜਿਹੜੇ ਹੁਣ ਬਿਕਰਮ ਸਿੰਘ ਜਿਠੀਆ ਬਿਕਰਮ ਸਿੰਘ ਜਿਹੜੇ ਨਹੀਂ ਉਹ ਉਹਨਾਂ ਦੇ ਪੋਤੇ ਨੇ ਤੇ ਬਿਕਰਮ ਮਜੀਠੀਆ ਦੇ ਪੋਤੇ ਨੇ ਸਤਿਆਜੀਤ ਸਿੰਘ ਮਜੀਠੀਆ ਇਹ ਸੁਰਜੀਤ ਸਿੰਘ ਮਜੀਠੀਆ ਦੇ ਪੁੱਤਰ ਨੇ ਜਿਹੜੇ ਸਤਿਆਜੀਤ ਸਿੰਘ ਮਜੀਠੀਆ ਤੇ ਸਤਿਆਜੀਤ ਸਿੰਘ ਮਜੀਠੀਆ ਤੋਂ ਬਾਅਦ ਬਿਕਰਮ ਮਜੀਠੀਆ ਯਾਨੀ ਕਿ ਮਜੀਠੀਆ ਦਾ ਵੀ ਜਿਹੜਾ ਆਪਾਂ ਕਹਿੰਦਾ ਪੰਜਾਬ ਦੇ ਵੱਡੀ ਵੱਡੀ ਦੇਣ ਹੈ ਹਾਂ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਉਹਨਾਂ ਦੀ ਤੀ ਹਰ ਸਿਮਰਤ ਕੌਰ ਬਾਦਲ ਉਹ ਵੀ ਦੇਖੋ ਸ਼੍ਰੋਮਣੀ ਕਾਲੀ ਦਲ ਨਾਲ ਜੁੜੀ ਹੋਈ ਹੈ ਹੈਨਾ ਤੇ ਉਸ ਤੋਂ ਬਾਅਦ ਜਿਹੜਾ ਉਹਦੇ ਪੁੱਤਰ ਜੋ ਵਿਕਰਮ ਮਜੀਠੀ ਦਾ ਆਪ ਜਿਹੜਾ ਕਰਕੇ ਹਟਿਆ ਇਹ ਜਿਹੜਾ ਮਜੀਠੀਆ ਪਰਿਵਾਰ ਆ ਉਹ ਇੱਕੋ ਪਾਰਟੀ ਦੇ ਨਾਲ ਜੁੜਿਆ ਹੋਇਆ ਆ ਸਿੱਖ ਸਿਆਸਤ ਦੇ ਨਾਲ ਯਾਨੀ ਕਿ ਆਪਾਂ ਸੰਗਤ ਉਹਨਾਂ ਦਾ ਕੈਰੀ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਹੋਇਆ ਜਾਂ ਸ਼੍ਰੋਮਣੀ ਗੁਰਦੁਆਰਾ ਪਰੰਦੇ ਕਮੇਟੀ ਤੋਂ ਸ਼ੁਰੂ ਹੋਇਆ ਬਿਲਕੁਲ ਬਿਲਕੁਲ ਸਿੱਖ ਸਿਆਸਤ ਦੇ ਆਪਾਂ ਜੇ ਪਹਿਲਾਂ ਗੱਲ ਕਰੇ ਵੱਡਾ ਨਾਮ ਆ ਉਸ ਤੋਂ ਬਾਅਦ ਬਰਾਰ ਪਰਿਵਾਰ ਜਿਹੜਾ ਬਰਾਰ ਪਰਜਾ ਹਰਚਰਨ ਸਿੰਘ ਬਰਾਰ ਉਹਨਾਂ ਦਾ ਵੀ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਾਂਗੂ ਜਿਹੜਾ ਹੈਗਾ ਸਰਪੰਚੀ ਤੋਂ ਲੈ ਕੇ ਸੀਐਮ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਦੇ ਹਰਚਰਨ ਸਿੰਘ ਬਰਾੜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਨੇ ਆਪਾਂ ਦੇਖਿਆ ਕੰਵਰਜੀਤ ਸਿੰਘ ਬਰਾੜ ਉਹਨਾਂ ਦੇ ਪੁੱਤਰ ਨੇ ਉਹਨਾਂ ਨੇ ਵੀ ਦੋ ਵਾਰ ਉਹ ਐਮਐਲਏ ਰਹੇ ਨੇ ਜਿਹੜਾ ਉਹਨਾਂ ਦਾ ਵਿਆਹ ਉਹ ਕਰਨਕੌਰ ਬਰਾੜ ਆ ਜਿਹੜੇ ਉਹਨਾਂ ਨਾਲ ਹੋਇਆ ਤੇ ਜਿਹੜੀ ਉਹਨਾਂ ਦੀ ਭੈਣ ਸੀ ਕਰਨਕੌਰ ਬਰਾੜ ਦੀ ਉਹ ਮਾਲਵਿੰਦਰ ਸਿੰਘ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਨੇ ਉਹਨਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੀ ਪਤਨ ਪਤਨੀ ਨੇ ਉਹ ਹਨਾ ਉਸ ਤੋਂ ਬਾਅਦ ਹਮ ਕਰਨ ਦੇ ਜਿਹੜੇ ਕਰਨਵੀਰ ਬਰਾੜ ਨੇ ਉਹ ਵੀ ਸਿਆਸਤ ਦੇ ਵਿੱਚ ਦਿਲੋਂ ਦੇ ਪੁੱਤਰ ਨੇ ਤੇ ਉਹ ਵੀ ਸਿਆਸਤ ਦੇ ਵਿੱਚ ਆਏ ਹੋ ਨੇ ਮਤਲਬ ਕਿ ਇਹ ਜਿਹੜਾ ਪਰਿਵਾਰ ਹੈਗਾ ਉਹ ਵੀ ਬਰਾੜ ਪਰਮਾਨੰਦ ਨਾਲ ਸੰਬੰਧਿਤ ਰੱਖਦਾ ਹੈ ਯਾਨੀ ਕਿ ਜਿਹੜਾ ਚੰਦਰ ਸਿੰਘ ਬਰਾੜਾ ਉਹ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਹੀ ਸੰਬੰਧ ਰੱਖਦੇ ਨੇ ਨੇ ਚਰਨਜੀਤ ਸਿੰਘ ਬਰਾੜ ਨੇ ਕਰਨ ਬਰਾੜ ਕਰਨਜੀਤ ਬਰਾੜ ਉਹ ਜਿਹੜੇ ਚਰਨਜੀਤ ਸਿੰਘ ਬਰਾੜ ਨੇ ਹੋਰ ਨਹੀਂ ਉਹ ਹੋਰ ਪਰਿਵਾਰ ਚੋਂ ਨੇ ਇਹ ਜਿਹੜਾ ਬਰਾੜ ਪਰਿਵਾਰ ਆ ਇਹ ਜਿੰਦੇ ਆਪਾਂ ਗੱਲ ਕੀਤੀ ਹੈ ਉਹ ਬਰਾੜ ਪਰਿਵਾਰ ਆ ਜੇ ਚਰਨਜੀਤ ਸਿੰਘ ਬਰਾੜਾ ਉਹ ਇਸ ਪਰਿਵਾਰ ਨਾਲ ਨਹੀਂ ਹੈਗਾ ਇਹਨਾਂ ਵਿੱਚੋਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਲੋਂਗੋਵਾਲ ਪਰਿਵਾਰ ਦੀ ਲੋਂਗੋਵਾਲ ਦੀ ਪਰਿਵਾਰ ਦੀ ਬੜੀ ਵੱਡੀ ਚ ਵੱਡਾ ਨਾਮ ਹੈਗਾ ਵੱਡੇ ਦੇਣਾ ਹਰਚੰਦ ਸਿੰਘ ਲੋਂਗੋਵਾਲ ਤੇ ਉਸੇ ਜਿਹੜੀ ਸਿਆਸਤ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਿਹੜੀ ਸਿੱਖ ਸਿਆਸਤ ਹੈਗੀ ਹੈ ਉਹਨਾਂ ਦੇ ਜਿਹੜੇ ਗੋਵਿੰਦ ਸਿੰਘ ਲੋਂਗਵਾਲ ਉਹ ਵੀ ਐਜਵੀ ਦੇ ਪ੍ਰਧਾਨ ਰਹੇ ਨੇ ਹਰਚੰਦ ਸਿੰਘ ਲੋਂਗਵਾਲ ਉਹ ਵੀ ਐਜਵੀ ਦੇ ਪ੍ਰਧਾਨ ਰਹੇ ਨੇ ਤੇ ਉਹ ਹਰਚੰਦ ਸਿੰਘ ਲੋਂਗਵਾਲ ਉਦੋਂ ਇੱਕ ਵੱਡਾ ਚਿਹਰਾ ਸਾਹਮਣੇ ਆਇਆ ਸੀ ਜਦੋਂ ਰਜੀਵ ਲੋਂਗਵਾਲ ਸਮਝੌਤੇ ਦੀ ਚਰਚਾ ਹੋਈ ਸੀ ਹੈਨਾ ਚਲੋ ਉਹ ਤੇ ਆਪਾਂ ਚਰਚਾ ਕਰਕੇ ਤਾਂ ਲੰਬਾ ਸਮਾਂ ਲੱਗੂਗਾ ਬਹੁਤ ਹਾਂ ਦੇਰ ਲੱਗੇਗੀ ਪਰ ਇਹ ਜਿਹੜਾ ਲੋਂਗਵਾਲ ਪਰਿਵਾਰ ਆ ਇਹ ਵੀ ਇੱਕ ਸਿੱਖ ਸਿਆਦ ਦੇ ਵਿੱਚ ਜਿਹੜਾ ਹੈਗਾ ਚੱਲ ਰਿਹਾ ਜਿਆਦਾ ਹੈ ਫਿਰ ਬਰਨਾਲਾ ਪਰਿਵਾਰ ਸੁਰਜੀਤ ਸਿੰਘ ਬਰਨਾਲਾ ਜਾਨੀ ਕਿ ਆਪ ਸਿੱਧੇ ਤੌਰ ਤੇ ਕਹੀਏ ਕਈ ਪਰਿਵਾਰ ਇਦਾਂ ਦੇ ਹੈਗੇ ਨੇ ਜਿਹੜੇ ਸ਼ੁਰੂ ਤੋਂ ਹੀ ਜਿਹੜਾ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਨੇ ਇੱਕ ਸਿਧਾਂਤ ਦੇ ਨਾਲ ਜੁੜੇ ਹੋਏ ਨੇ ਤਾਂ ਉਸ ਤੋਂ ਕਈ ਪੈਰਾ ਦੇ ਅੱਗੇ ਅੱਗੇ ਜਾ ਕੇ ਉਹਨਾਂ ਨੇ ਪਾਰਟੀਆਂ ਬੇਸ਼ੱਕ ਚੇਂਜ ਕੀਤੀਆਂ ਕਾਫੀ ਦੇਰ ਬਾਅਦ ਪਰ ਹੁਣ ਵਾਲਾ ਕੰਮ ਨਹੀਂ ਹੈਗਾ ਕਿ ਭਰਾ ਕਿਸੇ ਹੋਰ ਪਾਰਟੀ 'ਚ ਤੇ ਪੁੱਤ ਕਿਸੇ ਹੋਰ ਪਾਰਟੀ 'ਚ ਹਨਾ ਉਹ ਚੀਜ਼ ਨਹੀਂ ਹੈਗੀ ਇਸ ਤੋਂ ਬਾਅਦ ਇੱਕ ਤੋਂ ਪਰਿਵਾਰ ਹੋਰ ਹੈਗੇ ਨੇ ਬਰਨਾਲਾ ਪਰਿਵਾਰ ਹੈ ਜਿਵੇਂ ਆਪਾਂ ਗੱਲ ਕੀਤੀ ਸੁਰਜੀਤ ਸਿੰਘ ਬਰਨਾਲਾ ਸੀਐਮ ਵੀ ਰਹੇ ਨੇ ਗਵਰਨਰ ਵੀ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਗਗਨਜੀਤ ਸਿੰਘ ਬਰਨਾਲਾ ਇਹ ਵਾਪਸੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਕਾਲੀ ਦਲ ਚ ਹੋ ਗਈ ਸੀ ਉਸ ਤੋਂ ਬਾਅਦ ਬਿਆਨ ਸਿੰਘ ਪਰਿਵਾਰ ਜਿਨ੍ਹਾਂ ਨੂੰ ਜਿਹੜੇ ਮਰਹੂਮ ਬਿਆਨ ਸਿੰਘ ਰਹੇ ਉਹਦਾ ਪਰਿਵਾਰ ਹੁਣ ਆਪਾਂ ਗੁਰਕੀਰਤ ਸਿੰਘ ਕੋਟਲੀ ਉਹਨਾਂ ਦੇ ਪਰਿਵਾਰ ਚ ਉਹਨੇ ਰਵਨੀਤ ਸਿੰਘ ਬਿੱਟੂ ਉਹ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਚੇਂਜ ਕਰ ਲਿਆ ਹੁਣ ਆ ਕੇ ਪਰ ਲੰਬਾ ਸਮਾਂ ਉਹ ਕਾਂਗਰਸ ਦੇ ਵਿੱਚ ਰਹੇ ਨੇ ਕਾਫੀ ਪਾਲ ਐਮਪੀ ਰਹੇ ਨੇ ਮੈਂ ਤਾਂ ਉਹ ਹੀ ਪਹਿਲਾ ਜ਼ਿਕਰ ਕਰ ਰਿਹਾ ਸੀ ਵੀ ਇਹ 2-4 ਸਾਲਾਂ ਦੇ ਵਿੱਚ ਜਿਹੜਾ ਇਹ ਸਿਨੈਰੀਓ ਪੂਖ ਹੋਇਆ ਹੈ ਵੀ ਜਿਹੜੇ ਪਾਰਟੀਆਂ ਚੇਂਜ ਕਰਨ ਦਾ ਜਿਹੜਾ ਉਹ ਦੌਰ ਸ਼ੁਰੂ ਹੋਇਆ ਹੈ ਵੀ ਜਿਹੜਾ ਛਲਾਂਗਬਾਜੀ ਕੀਤੀ ਜਾ ਰਹੀ ਹੈ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾ ਰਹੇ ਨੇ ਨਹੀਂ ਪਹਿਲਾਂ ਜਿਹੜਾ ਆਪਾਂ ਇਤਿਹਾਸ ਹੀ ਗੱਲ ਕੀਤੀ ਆਵੇ ਕਿਉਂਕਿ ਜਿਹੜਾ ਪਾਰਟੀ ਦੇ ਵਿੱਚ ਇੱਕ ਵਾਰ ਆ ਜਾਂਦਾ ਸੀ ਤਾਂ ਉਹ ਮੁਰ ਪਾਰਟੀੜਾ ਲੰਬੇ ਸਮੇਂ ਤੇ ਜਾ ਕੇ ਚਲਦਾ ਸੀ ਹਾਂ ਬਿਲਕੁਲ ਦੇਖੋ ਉਹ ਇਹ ਚਾਹੁੰਦਾ ਸੀ ਕਿ ਜਿਹੜੀ ਇਹ ਪਾਰਟੀ ਹੈ ਮੇਰੀ ਮਾਂ ਪਾਰਟੀ ਹੈ ਠੀਕ ਹੈ ਇਸ ਪਾਰਟੀ ਅਗਰ ਮੇਰਾ ਪੁੱਤਰ ਸਿਆਸਤ ਨੂੰ ਅੱਗੇ ਲੈ ਕੇ ਜਾਏਗਾ ਤਾਂ ਇਸ ਪਾਰਟੀ ਨੂੰ ਲੈ ਕੇ ਜਾਏਗਾ ਤਾਂ ਇਸੇ ਪਾਰਟੀ ਨੂੰ ਆਪਾਂ ਨੇ ਲੋਕਾਂ ਤੱਕ ਪਹੁੰਚਾਉਣਾ ਲੋਕਾਂ ਦੀ ਇਸ ਪਾਰਟੀ ਨੇ ਗਤੀਵਿਧੀਆਂ ਲੋਕਾਂ ਤੱਕ ਲੈ ਕੇ ਜਾਣੀਆਂ ਪਰ ਹੁਣ ਕੀ ਗੱਲ ਹੈ ਹਾਂ ਇੱਕ ਹੋਰ ਵੀ ਸੀ ਉਦੋਂ ਅਗਰ ਕੁਰਸੀ ਮਿਲਦੀ ਹੈ ਠੀਕ ਹੈ ਜੇ ਨਹੀਂ ਮਿਲਦੀ ਤਾਂ ਵੀ ਠੀਕ ਹੈ ਪਰ ਹੁਣ ਕੀ ਦਿੱਕਤ ਹੈ ਹੁਣ ਉਹ ਕਹਿੰਦਾ ਅਗਰ ਕੁਰਸੀ ਮਿਲ ਜੇਗੀ ਠੀਕ ਹੈ ਜੇ ਮੇਰੀ ਗੱਲ ਦੂਜੀ ਪਾਰਟੀ ਨਾਲ ਚੱਲ ਰਹੀ ਹੈ ਉਧਰੋਂ ਮਿਲ ਹੀ ਜਾਣੀ ਆ ਨਾ ਸ਼ਾਮ ਨੂੰ ਕਿਸੇ ਹੋਰ ਪਾਰਟੀ 'ਚ ਤੇ ਕਹ ਸਕਦਾ ਜਨ ਛਲਾਂਗਬਾਜ਼ੀ ਜਿਹੜੀ ਆ ਉਹ ਮਾਰ ਕੇ ਦੂਜੀ ਪਾਰਟੀ ਜਾ ਜਾ ਸਕਦਾ ਤੇ ਲਾਲਚ ਜਿਹੜੀ ਆ ਉਹ ਦਿੱਤੀ ਜਾ ਸਕਦੇ ਕਿਉਂਕਿ ਇਦਾਂ ਦੀਆਂ ਚਰਚਾਵਾਂ ਵੀ ਬੜੀ ਚੱਲ ਰਹੀਆਂ ਨੇ ਕਿਉਂਕਿ ਲਗਾਤਾਰ ਆਪਾਂ ਦੇਖ ਹੀ ਰਹੀਆਂ ਆ ਵੀ ਲਗਾਤਾਰ ਜਿਹੜਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵੀ ਜਾ ਰਹੇ ਨੇ ਵੀ ਆਹ ਕੁਝ ਦਿੱਤਾ ਆ ਜੀ ਆਹ ਕੁਝ ਹੋਇਆ ਤੇ ਬਿਲਕੁਲ ਇਹ ਜਿਹੜੀ ਅਮਰਜੀਤ ਦੇਖੋ ਗੱਲ ਹੈ ਵੀ ਆਪਾਂ ਆਮ ਕਰਕੇ ਲੋਕਾਂ ਦੇਖਦੇ ਆ ਕਿ ਇਹ ਗੱਲ ਜਿਹੜੀ ਹੈਗੀ ਬਹੁਤੀ ਦੇਰ ਹੁਣ ਲੰਬੇ ਜਿਹੜਾ ਹੈਗੇ ਨਹੀਂ ਚੱਲੀ ਹੈਗੀ ਕਿਉਂਕਿ ਲੋਕ ਨੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੀਆਂ ਚਾਲਾਂ ਨੇ ਉਹ ਸਮਝ ਚੁੱਕੇ ਨੇ ਲੋਕ ਬਹੁਤ ਪਰੇਸ਼ਾਨ ਨੇ ਫਿਰ ਰਾਜਨੀਤਿਕ ਪਾਰਟੀਆਂ ਤੋਂ ਪਰੇਸ਼ਾਨ ਹੈਗੇ ਚ ਨਹੀਂ ਹੈਗੇ ਪਰ ਜਿਹੜੇ ਅੱਜ ਦੇ ਲੀਡਰ ਨੇ ਜ ਉਹ ਇੱਕ ਅਲੱਗ ਦੇ ਖਲੂ ਮਿਲੂਗੀ ਕਿਉਂਕਿ ਪਾਰਟੀਆਂ ਵੀ ਬੜੀਆਂ ਨੇ ਜਿਸ ਤਰ੍ਹਾਂ ਅਸੀਂ ਆਪਾਂ ਜ਼ਿਕਰ ਕੀਤਾ ਆ ਵੀ ਸਿਆਸਤ ਦੀ ਸ਼ੁਰੂਆਤ ਕਿਤੋਂ ਹੋਈ ਹੈ ਪਾਰਟੀ ਬਦਲ ਫਿਰ ਵੀ ਲਗਾਤਾਰ ਚੱਲ ਰਿਹਾ ਹੈ ਕਿ ਇਸ ਵਾਰ ਸਨਿਆਰੂ ਪ੍ਰਿਵੱਖ ਤੁਹਾਨੂੰ ਲੱਗਦਾ ਨਹੀਂ ਕਿ ਲੱਗ ਜਾ ਦੇਖਣ ਨੂੰ ਮਿਲੇਗਾ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਗੱਲ ਕਰੀਏ ਆਪਾਂ ਚਾਰ ਪਾਰਟੀਆਂ ਪੰਜਾਬ ਦੇ ਵਿੱਚ ਇਸ ਸਮੇਂ ਆਮੋ ਸਾਹਮਣੇ ਲੜ ਰਹੀਆਂ ਨੇ ਤੇ ਪਹਿਲਾਂ ਗੱਲ ਚੱਲ ਰਹੀ ਸੀ ਸ਼ਾਇਦ ਦੋ ਪਾਰਟੀਆਂ ਸਾਹਮਣੇ ਆਮੋ ਸਾਹਮਣੇ ਹੋਣਗੀਆਂ ਵੀ ਜਿਵੇਂ ਬੀਜੇਪੀ ਤੇ ਕਾਲੀਯਲ ਦਾ ਇਕੱਠ ਜੋੜ ਹੋ ਜਾਊਗਾ ਆਮਾ ਦੀ ਪਾਰਟੀ ਕਾਂਗਰਸ ਦਾ ਹੋ ਜਾਊਗਾ ਪਰ ਉਹ ਸਿਰੇ ਨਹੀਂ ਚੜੇ ਦੋਨਾਂ ਦੇ ਇਕੱਠ ਜੋੜ ਸਿਰੇ ਨਹੀਂ ਚੜੇ ਇਸ ਕਰਕੇ ਇਸ ਵਾਰ ਚਾਰ ਪਾਰਟੀਆਂ ਜਿਹੜੀਆਂ ਆਮੋ ਸਾਹਮਣੇ ਹੋਣਗੀਆਂ ਚਾਰੋਂ ਪਾਰਟੀਆਂ ਦੇ ਜਿਹੜੇ ਦਿਗਜ਼ ਨੇਤਾ ਕਿ ਉਹ ਲੀਡਰ ਤੁਹਾਡੇ ਸਾਹਮਣੇ ਵੋਟਾਂ ਮੰਗਣ ਆਉਣਗੇ ਜਿਹੜੇ ਕੱਲ ਕਿਸੇ ਹੋਰ ਪਾਰਟੀ ਸੀ ਦੇ ਅੱਜ ਉੱਪਰ ਹੋਰ ਪਾਰਟੀਆਂ ਝੰਡਾ ਚਾਕੇ ਤੁਹਾਡੇ ਸਾਹਮਣੇ ਆਉਣਗੇ ਵੋਟ ਕਿਹਨੂੰ ਪਾਉਣੀ ਹੈ ਉਹ ਦਰਸ਼ਕ ਆਪ ਦੇਖਣਗੇ VOTER ਆਪ ਦੇਖਣਗੇ ਇਹ VOTERਾਂ ਦੀ ਆਪਣੀ ਸਮਝ ਹੈ ਕਿ ਆਪਾਂ ਨੇ ਵੋਟ ਕਿਹਨੂੰ ਪਾਉਣੀ ਹੈ ਸੋ ਵੋਟ ਜ਼ਰੂਰ ਪਾਓ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਅਸੀਂ ਵੋਟਾਂ ਦੇ ਨਾਲ ਹੀ ਜਿਹੜਾ ਆਪਣਾ ਬਦਲ ਸਕਦੇ ਹਾਂ ਭਵਿੱਖ ਵੋਟਾਂ ਦੇ ਨਾਲ ਹੀ ਆਪਣਾ ਵਧੀਆ ਕਰ ਸਕਦੇ ਹਾਂ ਸੋ ਕੱਲ ਕਿਸੇ ਹੋਰ ਮੁੱਦੇ ਨੂੰ ਲੈ ਕੇ ਤੁਹਾਡੇ ਸਾਹਮਣੇ ਆ ਆ ਸਾਡੇ ਸਾਹਮਣੇ ਆਵਾਂਗੇ ਉਹ ਤੱਕ ਲਈ ਦਿਓ ਇ